ਸਟਾਰਟ। ਹਾਂਜੀ ਦੋਸਤੋ, ਅਸਲਾਮ ਵਾਲੇਕਮ। ਅਤੇ ਕੀ ਹਾਲ ਚਾਲ ਹੈ ਜੀ? ਹੋਰ ਸੁਣਾਓ, ਸਿਹਤਾਂ ਤਬੀਤਾਂ ਕੈਸੀਆਂ ਨੇ? ਉਮੀਦ ਕਰਨਾ ਸਭ ਭਰਾ ਖਰੀਅਤ ਨਾਲ ਹੋਣਗੇ, ਮਜ਼ੇ ਨਾਲ ਹੋਣਗੇ, ਇੰਜੋਏ ਕਰਦੇ ਹੋਣਗੇ। ਮੈਂ ਕਿਹਾ ਦਾਣਾ ਸੁੱਟ ਲਈਏ, ਗਰਮੀ ਇੰਤਹਾ ਦੀ ਹੈ, ਅਤੇ ਨਾਲ ਤੁਹਾਡੇ ਨਾਲ ਦੋ ਚਾਰ ਗੱਲਾਂ ਵੀ ਕਰਦੇ ਚੱਲੀਏ। ਹਮੇਸ਼ਾ ਤੁਹਾਡੇ ਨਾਲ ਸਾਂ ਜ਼ਿੰਦਗੀ ਦਾ ਨਿਚੋੜ ਹੀ ਕੱਢਿਆ। ਕਈ ਸਾਡੇ ਦੋਸਤ ਭਰਾ ਕਹਿੰਦੇ ਨੇ ਕਿ ਜੀ ਡੋਲੀਆਂ 'ਚ ਬੱਚੇ ਨਹੀਂ, ਛੇ ਪਲਦੇ। ਅਗਲੇ ਦਿਨ ਟਿਕਟਾਕ 'ਤੇ ਲਾਈਵ ਹੋਏ ਤੇ ਸਾਡੇ ਗੱਲ ਕਰ ਰਹੇ ਸਨ। ਉਹਨਾਂ ਨੂੰ ਫਿਰ ਦਿਖਾਇਆ ਕਿ ਤਰੀਕਾ ਹੁੰਦਾ ਡੋਲੀਆਂ 'ਚ ਵੀ ਬੱਚੇ ਪਲਵਾਉਣ ਦਾ, ਜਿਹੜੇ ਉਸਤਾਦ ਲੋਕ ਸ਼ੇਅਰ ਨਹੀਂ ਕਰਦੇ ਕਦੀ ਵੀ। ਡੋਲੀਆਂ 'ਚ ਕਦੀ ਵੀ ਐਕਸਟਰਾ ਦਾਣਾ ਇੰਨਾ ਨਹੀਂ ਖਿਲਾਰੀ ਦਾ ਕਿ ਵਿੱਚ ਪਿਆ ਰਹੇ, ਠੀਕ ਹੈ ਜੀ? ਇੱਕ ਮੇਜਰਮੈਂਟ ਕਰੀ ਦੀਏ, ਪਹਿਲੇ ਦਿਨ, ਦੂਜੇ ਦਿਨ, ਤੀਜੇ ਦਿਨ ਤੁਹਾਨੂੰ ਪਤਾ ਚੱਲ ਜਾਂਦਾ ਕਿ ਤੁਹਾਡੇ ਕਬੂਤਰ ਕਿੰਨਾ ਦਾਣਾ ਜਿਹੜਾ ਨਾ ਖਾ ਜਾਂਦੇ ਨੇ ਇੱਕ ਟਾਈਮ। ਫਿਰ ਉਹਨਾਂ ਜਾਂ ਉਹਦੇ ਨਾਲ ਥੋੜ੍ਹਾ ਸਾਰਾ ਕੰਮ ਸੁੱਟੋ। ਜੈਸਾ ਕਿ ਦੇਖੋ ਇਹਦੇ ਵਿੱਚ ਦਾਣਾ ਨਹੀਂ ਹੈ, ਦੇਖ ਲਓ ਤੁਸੀਂ ਦਾਣਾ ਨਹੀਂ, ਤੁਹਾਨੂੰ ਨਜ਼ਰ ਆਏਗਾ ਚੰਦ ਦਾਣੇ ਪਏ ਦੇ ਜਿਹੜੇ ਪੁਰਾਣੇ ਨੇ, ਕਿਉਂਕਿ ਇਹਨੇ ਪਹਿਲੇ ਰੀਸੈਂਟਲੀ ਦੋ ਬੱਚੇ ਪਾਲੇ ਨੇ, ਉਹ ਮੁਕਤੇ ਕੱਢ ਦਿੱਤੇ ਨੇ, ਤੁਹਾਨੂੰ ਦਾਣਾ ਵਿੱਚ ਥੋੜ੍ਹਾ ਸਾਰਾ ਪਿਆ ਹੈ। ਗੱਲ ਹਮੇਸ਼ਾ ਤਜਰਬੇ 'ਤੇ ਹੀ ਹੁੰਦੀ ਹੈ। ਜੇ ਤੁਹਾਡੇ ਕੋਲ ਤਜਰਬਾ ਹੈ ਵੀ ਤਾਂ ਠੀਕ ਹੈ, ਜੇ ਤਜਰਬਾ ਨਹੀਂ ਤਾਂ ਫਿਰ ਦਿਮਾਗ ਦੀ ਠੀਕਰੀਆਂ ਭੰਨਣ ਦੀ ਜ਼ਰੂਰਤ ਨਹੀਂ ਹੁੰਦੀ ਮੈਨੂੰ, ਸਮਝੋ। ਟਾਈਮ ਪਾਸ ਕਰਨਾ, ਰੌਲਾ ਪਾਉਣਾ ਸਾਰੀ ਦੁਨੀਆ ਪਾਉਂਦੀ ਹੈ ਭਾਈ, ਕਿਉਂਕਿ ਟਾਈਮ ਪਾਸ ਕਰਨਾ ਅਤੇ ਵਿਊ ਲੈਣੇ ਨੇ। ਕੋਈ ਤੁਹਾਨੂੰ ਝੂਠੇ ਨੁਸਖੇ ਦੱਸਦਾ, ਠੀਕ ਹੈ, ਮੈਂ ਤੁਹਾਨੂੰ ਕਦੀ ਵੀ ਨੁਸਖੇ ਨਹੀਂ ਦੱਸਦਾ। ਹਮੇਸ਼ਾ ਯਾਦ ਰੱਖਿਓ, ਕਦੀ ਵੀ ਕੋਈ ਉਸਤਾਦ ਜੀ ਦਾ ਨੁਸਖਾ ਅਜ਼ਮੂਦਾ ਹੋਏਗਾ, ਕੰਮ ਕਰਦਾ ਹੋਏਗਾ, ਮਰਦਾ ਮਰ ਜਾਏਗਾ, ਆਪਣਾ ਨੁਸਖਾ ਨਹੀਂ ਦੱਸੇਗਾ। ਜਿੰਨਾ ਮਰਜ਼ੀ ਤੁਹਾਡਾ ਉਹ ਥੱਕਾ ਹੋਏਗਾ, ਜਿੰਨਾ ਮਰਜ਼ੀ ਤੁਹਾਡਾ ਬੈਸਟ ਫਰੈਂਡ ਹੋਏਗਾ, ਠੀਕ ਹੈ, ਕਦੀ ਆਪਣਾ ਨੁਸਖਾ ਤੁਹਾਨੂੰ ਨਹੀਂ ਦੇਗਾ। ਹਾਂ, ਇਹ ਹੋ ਸਕਦਾ ਬਣਾ ਕੇ ਤੁਹਾਨੂੰ ਕਿ ਜਾ ਕੇ ਲਾ ਲਓ, ਕਦੀ ਤੁਹਾਨੂੰ ਖਾਏਗਾ ਨਹੀਂ। ਗੱਲ ਇਹ ਕਿ ਤੁਹਾਡੇ ਹੇਟਰ ਹੋਣਾ ਜ਼ਰੂਰੀ ਹੈ। ਹੇਟਰ ਹੀਟ ਤੋਂ ਨਿਕਲਾ ਲਫ਼ਜ਼, ਹੇਟ 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 ਸਾਰੀ ਹੀਟ ਨਹੀਂ ਹੇਟ ਹੇਟ ਤੋਂ ਮਤਲਬ ਕਿ ਨਫ਼ਰਤ। ਤੁਹਾਡੇ ਜਿੰਨੇ ਬੰਦੇ ਜ਼ਿਆਦਾ ਨਫ਼ਰਤ ਤੁਹਾਡੇ ਤੋਂ ਕਰਨਗੇ, ਸਮਝੋ ਤੁਹਾਨੂੰ ਅੱਲਾ ਉਨੀ ਇੱਜ਼ਤ ਦੇ ਰਿਹਾ। ਜਿਹੜਾ ਬੰਦਾ ਕਹਿ ਰਿਹਾ ਕਿ ਉਹਨੂੰ ਆਟੋਮੈਟਿਕਲੀ ਇੱਜ਼ਤ ਮਿਲ ਰਹੀ ਹੈ, ਉਹਦੀ ਸਭ ਤੋਂ ਵੱਡੀ ਬੇਵਕੂਫੀ ਹੈ। ਸਭ ਤੋਂ ਵੱਡੀ ਬੇਵਕੂਫੀ ਉਸ ਬੰਦੇ ਦੀ ਉਹ ਹੋਵੇ ਕਿ ਜਿਹੜਾ ਸਮਝ ਰਿਹਾ ਕਿ ਉਹਦੀ ਵਜ੍ਹਾ ਤੋਂ ਉਹਨੂੰ ਇੱਜ਼ਤ ਮਿਲ ਰਹੀ ਹੈ। ਇੱਜ਼ਤ ਦੇਣਾ ਰੱਬ ਦਾ ਕੰਮ ਹੁੰਦਾ ਹੈ, ਬੇਇੱਜ਼ਤੀ ਅਤੇ ਇੱਜ਼ਤ ਸਭ ਉਹ ਮਾਲਕ ਦੇ ਹੱਥ 'ਚ, ਠੀਕ ਹੈ। ਮੈਂ ਦੇਖਦਾ ਨਵਾਂ, ਕਈ ਮੇਰੇ ਵੀਡੀਓਜ਼ ਦੇ ਉੱਤੇ ਕਮੈਂਟ ਵੀ ਐਸੇ ਕਰਦੇ ਹੁੰਦੇ ਨੇ, ਮਗਰ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਹ ਜਿਹੜੇ ਨੇ ਨਾ ਉਹ ਅਬਜ਼ਰਵੇਸ਼ਨ 'ਚ ਚਲੇ ਜਾਂਦੇ ਨੇ। ਜਿਹੜੇ ਤੁਸੀਂ ਮੈਨੂੰ ਕਮੈਂਟਸ ਕਰਦੇ ਹੋ ਨਾ, ਉਹ ਟਿਕਟਾਕ ਵਾਲੇ ਵੀ ਸਿਆਣੇ ਨੇ, ਉਹਨਾਂ ਰੱਖਿਆ ਹੁੰਦਾ ਇਹੋ ਜਿਹਾ ਕੰਮ ਕਿ ਉਹ ਜਿਹੜੇ ਨੇ ਉਹ ਤਾਂ ਚਲੇ ਜਾਂਦੇ ਨੇ, ਮੇਰੇ ਵੱਲ ਨਹੀਂ ਆਉਂਦੇ। ਅਤੇ ਜਦੋਂ ਮੈਂ ਫੇਸਬੁੱਕ ਉੱਤੇ ਲਾਈਵ ਆਉਂਦਾ ਹੁੰਦਾ ਸਾਂ, ਮੈਂ ਪਹਿਲਾ ਬੰਦਾ ਸਾਂ ਜਿਹੜਾ ਫੇਸਬੁੱਕ ਉੱਤੇ ਲਾਈਵ ਆਉਂਦਾ ਸਾਂ, ਤਕਰੀਬਨ 2016 ਦੇ ਵਿੱਚ, 15 ਦੇ ਐਂਡ 'ਤੇ ਅਤੇ 16 ਦੇ ਸ਼ੁਰੂ 'ਚ। ਕਈ ਬੰਦੇ ਨੇ ਜਿਨ੍ਹਾਂ ਨੂੰ ਮੇਰਾ ਨਹੀਂ ਸੀ ਪਤਾ, ਨਵੇਂ ਬੰਦੇ ਨੇ ਟਿਕਟਾਕ ਉੱਤੇ ਹੋਣ ਜਾਂ ਕਹਿ ਲਓ ਹੁੰਦੇ ਵਰਲਡ ਦੇ ਵਿੱਚ ਜਿਹੜੇ ਬੱਚੇ ਨਵੇਂ ਨੇ, ਉਦੋਂ 16 ਅਤੇ 4 10 ਸਾਲ ਪਿੱਛੇ ਟੋਲ 'ਚੋਂ, ਜਿਹਨਾਂ ਕੋਲ ਉਦੋਂ ਸ਼ਾਇਦ ਪੈਂਪਰਾਂ ਦੇ ਵਿੱਚ ਹੋਣਗੇ, 16-17 ਸਾਲਾਂ ਦੇ ਜਿਹੜੇ ਬੱਚੇ ਨੇ, ਜਾਂ ਖੇਡ ਖੇਡ ਖੂਡ ਕਰਦੇ ਹੋਣੇ ਨੇ, ਗੁੱਲੀ ਡੰਡਾ ਜਾਂ ਇਹੋ ਜਿਹੀ ਕੋਈ ਚੀਜ਼ਾਂ।
ਜਿਹੜੇ ਆਪਣੇ ਆਪ ਨੂੰ ਬੜਾ ਅੱਜ ਕੱਲ੍ਹ ਉਹ ਆਲਮ ਫਾਜ਼ਿਲ ਸਮਝਦੇ ਨੇ, ਬਾਅਦ ਜਿਹੜੇ ਨੇ ਮੇਰੀ ਗੱਲਾਂ ਹੀ ਸਿੱਖ ਕੇ ਮੇਰੇ ਚੈਨਲ ਤੋਂ, ਮੇਰੇ ਜਿਹੜੇ ਯੂ ਸਨ ਫੇਸਬੁੱਕ ਦੇ ਅਕਾਊਂਟ ਸਨ ਉਹਨਾਂ ਤੋਂ ਲੈ ਕੇ ਉਹ ਸਾਇੰਸਦਾਨ ਬਣਦੇ ਨੇ। ਮੈਂ ਪਹਿਲਾ ਬੰਦਾ ਸਾਂ ਜਿਹੜਾ ਉਸਤਾਦਾਂ ਨੂੰ ਲਾਈਵ ਲੈਂਦਾ ਸੀ, ਕੋਈ ਬੰਦਾ ਉਸਤਾਦਾਂ ਨੂੰ ਲਾਈਵ ਨਹੀਂ ਸੀ ਲੈਂਦਾ ਫੇਸਬੁੱਕ ਉੱਤੇ। ਸਿਰਫ ਕੀ ਕਰਦੇ ਸਨ, ਕਬੂਤਰਾਂ ਦਾ ਸ਼ੌਕ ਕਰਾਉਂਦੇ ਸਨ ਅਤੇ ਖਰਚਾ ਬਣਾਉਂਦੇ ਸਨ, ਇਹ ਕੰਮ ਹੁੰਦਾ ਸੀ ਫੇਸਬੁੱਕ ਉੱਤੇ। ਮੈਂ ਸਾਂ ਜਿਹਨੇ, ਯਾਨੀ ਕਿ ਸਮਝੋ ਕਬੂਤਰਾਂ ਦੇ ਸ਼ੌਕ ਦੀ ਖਾਤਰ ਜਿਹੜਾ ਇਹਨਾਂ ਫੇਸਬੁੱਕ ਨੂੰ ਜੁਆਇਨ ਕੀਤਾ, ਉਹ ਵੀ ਇੱਕ ਮੇਰੇ ਹੇਟਰ ਦੀ ਵਜ੍ਹਾ ਤੋਂ। ਸ਼ਾਇਦ ਤੁਸੀਂ ਨਾਂ ਸੁਣਿਆ ਰੋਜ਼ਰ ਸੰਧੂ, ਬਿੰਨੀ ਸੰਧੂ, ਰੋਜ਼ਰ ਸੰਧੂ ਇੰਡੀਅਨ ਸਨ, ਇੰਗਲੈਂਡ ਹੁੰਦੇ ਸਨ। ਉਹਨਾਂ ਨੂੰ ਰੂਜ ਦਵਾਇਆ, ਦੱਸਿਆ ਏਸ਼ੀਆ ਦੇ ਵਿੱਚ ਇਹ ਬੰਦੇ ਵੀ ਦੁਨੀਆ 'ਤੇ ਹੈ ਨੇ ਮੇਰੇ ਚੈਨਲ ਦੇ ਤਵਸਤ ਨਾਲ ਹੀ। ਉਹ ਬੰਦੇ ਮੇਰੇ ਹੀ ਹੇਟਰ ਬਣ ਗਏ, ਮੇਰੇ ਯਾਰਾਂ ਦੋਸਤਾਂ ਨੂੰ ਮੇਰੇ ਖਿਲਾਫ਼ ਕਰਨ ਲੱਗ ਪਏ। ਉਦੋਂ ਮੈਂ ਉਮਰੇ 'ਤੇ ਗਿਆ ਦੱਸਾਂ, ਉੱਥੇ ਮੈਨੂੰ ਪਤਾ ਚੱਲਿਆ ਉਹਨਾਂ ਦੀ ਹਰਕਤਾਂ ਦਾ, ਮੈਂ ਵੀਡੀਓ ਚੜ੍ਹਾਈ, ਉਹਨਾਂ ਨਾਲ ਤੱਲਾ ਖਤਮ ਕੀਤਾ। ਉਸ ਤੋਂ ਬਾਅਦ ਸਾਡੇ ਫਿਰ ਪਾਕਿਸਤਾਨ ਦੇ ਜਿਹੜੇ ਸਨ ਵਿੱਚ ਚੰਦ ਬੰਦੇ, ਉਹਨਾਂ ਨੂੰ ਕਹਿ ਲਓ ਤੁਸੀਂ ਪਰਚੇਜ਼ਰ, ਇਹ ਸਾਰੀ ਪਰਚੇਜ਼ਰ ਨਹੀਂ ਸੇਲਰ, ਉਹ ਸੇਲਰ ਸਨ। ਮੇਰੀਆਂ ਗੱਲਾਂ ਦੀ ਵਜ੍ਹਾ ਤੋਂ ਉਸਤਾਦਾਂ ਨੂੰ ਲਿਆਉਣਾ, ਉਹਨਾਂ ਕੋਲ ਪੁੱਛਣਾ, ਉਹਨਾਂ ਦੀ ਵਜ੍ਹਾ ਤੋਂ ਉਹਨਾਂ ਦੀਆਂ ਹੱਟੀਆਂ ਬੰਦ ਹੋਣ ਲੱਗ ਪਈਆਂ। ਉਹਨਾਂ ਜਨਾਬ ਮੈਂ ਜਿਹੜਾ ਅਕਾਊਂਟ ਬਣਾਉਣਾ ਫੇਸਬੁੱਕ ਦਾ ਉਹਨੂੰ ਬਲਾਕ ਮਾਰ ਦੇਣਾ, ਗੱਲ ਕਹਿਣਾ ਸਟ੍ਰਾਈਕ ਭੇਜਣੀ, ਮੇਰਾ ਅਕਾਊਂਟ ਬਲਾਕ ਹੋ ਜਾਣਾ। ਕੰਮ ਉਹ ਬੇਸ਼ ਮੇਰੇ 10 ਅਕਾਊਂਟ ਬਲਾਕ ਕੀਤੇ ਗਏ ਇਸ ਤਰ੍ਹਾਂ। ਬਾਟਮ ਲਾਈਨ ਮੈਂ ਤੰਗ ਪੈ ਕੇ ਮੈਂ ਛੱਡ ਗਿਆ, ਮੈਂ ਕਿਹਾ ਦਫਾ ਮਾਰੋ, ਕੀ ਕਰਨਾ, ਕਿਹੜੀ ਮੈਂ ਕਮਾਈ ਉਹ ਤੋਂ ਕਰ ਰਿਹਾ ਕਿ ਜਿਹੜਾ ਮੇਰੀ ਰੋਜ਼ੀ ਦਾ ਜ਼ਰੀਆ ਉਹ 'ਤੇ ਮੈਂ ਕੰਮ ਕਰਨਾ। ਅੱਲਾ ਨੇ ਇੱਜ਼ਤ ਦਿੱਤੀ ਦੀ ਸੀ, ਹਜੇ ਤੱਕ ਹੈ ਵੇ। ਤਕਰੀਬਨ ਪੂਰੀ ਦੁਨੀਆ 'ਚ ਲੋਕ ਮੈਨੂੰ ਜਾਣਦੇ ਨੇ। ਜਿਹੜਾ ਬੰਦਾ ਕਹੇ ਕਿ ਮੈਂ ਨਹੀਂ ਜਾਣਦਾ, ਉਸ ਤੋਂ ਵੱਡਾ ਮੁਨਾਫਕ ਕੋਈ ਨਹੀਂ। ਗੱਲ ਦਾ ਮਕਸਦ ਕਿ ਗੱਲ ਤਜਰਬੇ ਦੀ ਗੱਲ ਲੰਮੀ ਹੁੰਦੀ ਗਈ। ਅਗਲੇ ਦਿਨ ਟਿਕਟੋਕ 'ਤੇ ਲਾਈਵ ਹੋਏ ਦੇ ਸਾਂ, ਦੋਸਤ ਭਰਾ ਬੈਠੇ ਦੇ ਸਨ ਇੱਕ ਬਰਾਡ ਉੱਤੇ, ਸਈਦ 72 ਨੇ ਸਾਡੇ ਵੀਰ ਉਹਨਾਂ ਦੀ ਬਰਾਡ ਉੱਤੇ ਬੈਠੇ ਦੇ ਸਾਂ। ਉੱਥੇ ਵੀਰ ਭਰਾ ਉਹ ਪੁੱਛਦੇ ਹੁੰਦੇ ਜੀ, ਇਹ ਦੱਸੋ ਤਾਜ਼ੀ ਆ ਕਿਹੜੀ ਬਰੀਡ ਹੈ, ਇਹਨੂੰ ਕੀ ਕਰਨਾ, ਇਹਨੂੰ ਕਿੱਤਲ ਕ੍ਰਾਸ ਲਗਾਉਣਾ, ਇਹਦਾ ਕ੍ਰਾਸ ਕਿਤੇ ਨਾਲ ਸਹੀ ਰਹੇਗਾ। ਉਹਨਾਂ ਦਾ ਛੜੀ ਦਾ ਜਿੰਨਾ ਕੋ ਆਪਣਾ ਨੱਕ ਸੇ ਅਕਲ ਹੈ ਵੇ, ਮੈਨੂੰ ਨਹੀਂ ਸੀ ਪਤਾ। ਵਿੱਚ ਦੋ ਬੰਦੇ ਥੀਏਟਰ ਆ ਗਏ, ਇਹ ਕਿਤੇ ਮੇਰੇ ਨਾਲ ਬੜੀ ਦੇਰ ਮਿੱਠੀਆਂ ਮਿੱਠੀਆਂ ਗੱਲਾਂ ਕਰਦਾ ਰਿਹਾ, ਬੜੀਆਂ ਮਿੱਠੀਆਂ ਗੱਲਾਂ। ਇਹ ਵੇਖੋ ਉਸਤਾਦ ਜੀ ਕਬੂਤਰ, ਮੈਂ ਕਿਹਾ ਕਿਆ ਬਾਤ, ਤਰੀਫ ਕੀਤੀ, ਉਹਦਾ ਛਿਪ ਰਿੰਦੇ ਸਾਨੂੰ ਤਰੀਫ ਕੀਤੀ, ਉਹ ਲਾਹੌਰੀਆ ਸੀ, ਲਾਹੌਰੀਆ ਨੂੰ ਤਸਰ 'ਚ ਨਾ ਖੜੇ ਹੋ ਕਿ ਮੈਂ ਕਿਹਾ ਲਾਹੌਰੀਆ, ਹੁਣ ਲਾਹੌਰ ਦਾ ਤੁਹਾਨੂੰ ਲਾਹੌਰੀਆ ਕਹਾਂਗਾ, ਮੈਂ ਸਿਆਲਕੋਟ ਦਾ, ਮੈਂ ਸਿਆਲਕੋਟੀਆ ਹਾਂ। ਅੱਛੀ ਉਹਨਾਂ ਦੀ ਤਰੀਫ ਕੀਤੀ, ਉਹਨੇ ਇੱਕ ਬੰਦੇ ਨੂੰ ਹੋਰ ਨੂੰ ਚੁਕਾਇਆ ਜੀ, ਇਹਨਾਂ ਨੂੰ ਲਿਆਓ ਜੀ, ਮੈਂ ਨਾਂ ਨਹੀਂ ਲਾਂਗਾ। ਉਸ ਬੰਦੇ ਨੇ ਕਿਹਾ ਜੀ ਇਹ ਮੇਰੇ ਕਬੂਤਰ ਦੱਸੋ, ਸਿਆਲਕੋਟੀ ਕਬੂਤਰ ਲਾਇਆ ਬੜਾ ਸੋਹਣਾ, ਮੈਂ ਕਿਹਾ ਜੀ ਕਿਆ ਬਾਤ, ਮਜ਼ਾ ਆ ਗਿਆ ਵੇਖ ਕੇ। ਫਿਰ ਇੱਕ ਸਿਆਲਕੋਟੀ ਕਬੂਤਰ ਲਾਇਆ ਮੈਂ ਜੀ, ਬਹੁਤ ਅੱਛਾ ਕਬੂਤਰ। ਉਸ ਤੋਂ ਬਾਅਦ ਉਸਤਾਦ ਹੋਰਾਂ ਕੋਲ ਇੱਕ ਪੱਟੀ ਵਾਲਾ ਕਬੂਤਰ ਲਾ ਦਿੱਤਾ, ਇਹ ਜੀ ਇਹਨਾਂ 'ਚੋਂ ਨਿਕਲਿਆ, ਮੈਂ ਕਿਹਾ ਸਾਜੀ ਇਹ ਨਹੀਂ ਇਹਨਾਂ 'ਚੋਂ ਨਿਕਲਿਆ, ਉਹਨੇ ਇੱਕ ਹੋਰ ਲਾ ਦਿੱਤਾ ਉਹੀ ਪੱਟੀ ਵਾਲਾ ਹੀ, ਮੈਂ ਕਿਹਾ ਸਾਜੀ ਇਹ ਨਹੀਂ ਇਹਨਾਂ ਦੇ ਵਿੱਚੋਂ ਹੈ। ਇਹ ਜੀ ਮੇਰੇ ਘਰ ਦੇ ਨੇ, ਮੈਂ 3-4 ਬਰੀਡਾਂ ਫੇਰ ਕੇ ਲਾਈਆਂ ਨੇ। ਗੱਲ ਦਾ ਮਕਸਦ ਜਿਹੜਾ ਮੈਂ ਤੁਹਾਨੂੰ ਦੱਸਣ ਲੱਗਾ, ਮੈਂ ਕਿਹਾ ਜੀ ਵਾਪਸ ਚਲੇ ਜਾਓ ਨਾ। ਉਸ ਤੋਂ ਬਾਅਦ ਮੈਨੂੰ ਉਹਨਾਂ ਚਿੱਟਿਆਂ ਕਬੂਤਰਾਂ ਤੋਂ ਬਾਅਦ ਮੈਨੂੰ ਵਿਖਾਉਣੇ ਸ਼ੁਰੂ ਕਰ ਦਿੱਤੇ, ਜਿਉਂ ਸਿਰੇ ਗਾੜੇ, ਜਿਉਂ ਸਿਰੇ ਫਿੱਕੇ ਬਟੇਰੇ ਟੈ ਪੈਂਦੇ, ਇਹ ਵੀ ਜੀ ਇਹਨਾਂ 'ਚੋਂ ਨਿਕਲੇ ਨੇ। ਮੈਂ ਕਿਹਾ ਜੀ ਵਾਪਸ ਜਾਓ ਪਹਿਲੇ ਕਬੂਤਰ 'ਤੇ,
ਉਹ ਆਏ ਵਾਪਸ ਟੁਣੀਆਂ ਕਬੂਤਰ ਸੀ। ਮੈਂ ਕਿਹਾ ਜੀ ਮੈਨੂੰ ਦੱਸੋ ਇਹਦੇ ਨਾਲ ਮਾਦੀ ਕਿਹੜੀ ਲਾਈ ਜੇ ਜੀ, ਉਹ ਵੀ ਮੈਂ ਵਿਖਾਵਾਂਗਾ। ਮੈਂ ਕਿਹਾ ਜੀ ਦਿਖਾਓ। ਓਲਾ ਦੇ ਬੰਦਿਆਂ ਨੂੰ ਮਾਦੀ ਨਾ ਦਿਖਾਈ। ਹੁਣ ਉਹਨੇ ਇੱਕ ਡਾਇਲੌਗ ਇੱਕ ਫੜ ਲਿਆ, ਤਾਂ ਜੀ ਤੁਸੀਂ ਤਾਂ ਗੁੱਸਾ ਕਰ ਗਏ ਹੋ। ਮੈਂ ਕਬੂਤਰ, ਮੈਂ ਕਿਹਾ ਯਾਰ ਮੈਂ ਗੁੱਸਾ ਕਿਉਂ ਕਰਨਾ? ਤੂੰ ਜਿਹੜੇ ਕਬੂਤਰ ਮੈਨੂੰ ਦੇਸੀ ਵਿਖਾਏ ਨੇ, ਮੈਂ ਤੁਹਾਨੂੰ ਦੱਸਿਆ ਕਿ ਆਹ ਦੇਸੀ ਨੇ। ਜਿਹੜੇ ਤੇਰੇ ਪੱਟੀ ਵਾਲੇ ਨੇ ਉਹ ਮੈਂ ਤੁਹਾਨੂੰ ਕਿਹਾ ਪੱਟੀ ਵਾਲੇ। ਫਿਰ ਕਿਹਾ ਜੀ ਤੁਸੀਂ ਗੁੱਸਾ ਕਰ ਗਏ ਹੋ, ਸਾਡੇ ਕਬੂਤਰ ਤੁਸੀਂ ਪੱਟੀ ਵਾਲੇ ਘਰ ਛੱਡੇ। ਪੱਟੀ ਵਾਲੇ ਕਬੂਤਰ ਤੇ ਜੀ ਐਡੇ ਐਡੇ ਵੱਡੇ ਹੁੰਦੇ ਨਹੀਂ, ਉਹ ਤਾਂ ਹੁੰਦੇ ਹੀ ਛੋਟੇ ਜਿਹੇ ਨੇ। ਮੈਂ ਉਹਨਾਂ ਦੇ ਬਹਿਸ ਕੀ ਕਰਦਾ। ਅਜੇ ਆਹੀ ਕਸ਼ਮਕਸ਼ ਚੱਲਦੀ ਸੀ ਅਤੇ ਇੱਕ ਵਿੱਚ ਦੋਸਤ ਨੇ ਉਹਨਾਂ ਕਿਹਾ ਜੀ ਇਹ ਥੱਲੇ ਫਲਾਣੇ ਉਸਤਾਦ ਹੋਰੀ ਆਏ ਨੇ, ਚੌਧਰੀ ਆਸਫ ਕਰਕੇ ਜਾਂ ਇਸ ਤਰ੍ਹਾਂ ਕਰਕੇ ਉਹਨਾਂ ਦਾ ਗਾਲਬ ਨਾਂ ਸੀ। ਕਾਫੀ ਉਹਨਾਂ ਦਾ ਵੀ ਯਾਨੀ ਕਿ ਤਜਰਬਾ ਸੀ, ਮੈਲਸੀ ਦੇ ਸਨ। ਉਹਨਾਂ ਕਿਹਾ ਜੀ ਇਹਨਾਂ ਨੂੰ ਲਵੋ। ਉਹਨਾਂ ਕਿਹਾ ਜੀ ਉਸਤਾਦ ਹੋਰਾਂ ਨੂੰ ਕੋਈ ਸਭ ਨੂੰ ਲਵੋ ਉੱਤੇ ਜੀ, ਕਾਲ ਉੱਤੇ ਕਾਲ 'ਤੇ ਲਿਆਂਦਾ। ਉਹਨਾਂ ਕਿਹਾ ਜੀ ਦੱਸਿਓ ਜੀ ਕਿ ਕਬੂਤਰ ਪੱਟੀ ਵਾਲੇ ਨੇ ਕਿ ਹਾਈ ਫਲਾਇਰ ਨੇ। ਉਹਨੇ ਚੁੱਕ ਫਿਰ ਉਹੀ ਕਬੂਤਰ ਟੁਣੀਆਂ ਲਾਇਆ। ਮੈਂ ਕਿਹਾ ਉਸਤਾਦ ਜੀ ਟੁਣੀਆਂ ਨਾ ਲਾਓ, ਚਿੱਟੀਆਂ ਨੋਕਾਂ ਵਾਲੇ ਕਬੂਤਰ ਲਿਆਓ। ਉਹਨੇ ਲਾਇਆ ਜੀ। ਉਹਨੇ ਕਿਹਾ ਜੀ ਦੱਸੋ, ਉਹ ਉਰਦੂ ਸਪੀਕਿੰਗ ਸਨ, ਉਰਦੂ ਬੋਲ ਰਹੇ ਸਨ। ਉਹਨੇ ਕਿਹਾ ਜੀ ਇਹ 100% ਇਹ 100% ਪੱਟੀ ਵਾਲੇ ਮੇਰਠ ਵਾਲੇ ਕਬੂਤਰ ਹੈ। ਪਹਿਲਾਂ ਉਹਨਾਂ ਸਾਰਿਆਂ ਦੇ ਬੰਦਿਆਂ ਨੂੰ ਮਿਊਟ ਕਲਵਾਇਆ। ਉਹਨੇ ਕਿਹਾ ਜੀ ਮਿਊਟ ਲਗਾਏ, ਮੈਂ ਫਿਰ ਬਾਤ ਕਰੂੰਗਾ। ਮਿਊਟ ਲਗਾਏ, ਮੈਂ ਫਿਰ ਬਾਤ ਕਰੂੰਗਾ। ਮਿਊਟ ਲਾਇਆ। ਉਹਨਾਂ ਕਿਹਾ ਜੀ 100% ਇਹ ਮੇਰਠ ਵਾਲੇ ਕਬੂਤਰ ਹੈ, ਪੱਟੀ ਵਾਲੇ ਕਬੂਤਰ ਹੈ, ਲੋ ਫਲਾਈ। ਮੈਂ ਕਿਹਾ ਜੀ ਲਾਓ ਹੁਣ ਦੂਸਰਾ ਕਬੂਤਰ ਜੀ, ਚਿੱਟੀ ਨੋਕ ਵਾਲਾ। ਉਹ ਲਾਇਆ। ਉਹਨਾਂ ਕਿਹਾ ਜੀ ਇਹ ਵੀ 100% ਪੱਟੀ ਵਾਲਾ ਕਬੂਤਰ ਹੈ, ਫੈਸਲਾਬਾਦੀ ਕਬੂਤਰ। ਇਸਮੇਂ ਕ੍ਰਾਸ ਦਿਆ ਗਿਆ ਹੈ, ਸਿਆਲਕੋਟੀ ਕਬੂਤਰ ਫੈਸਲਾਬਾਦ ਵਾਲਾ। ਹੁਣ ਪਤਾ ਨਹੀਂ ਸਿਆਲਕੋਟੀ ਕਬੂਤਰ ਫੈਸਲਾਬਾਦ ਵਾਲਾ ਕਿਹੜਾ ਸੀ, ਕੋਈ ਮਖਸੂਸ ਹੋਣੀ ਹੈ ਬਰੀਫ। ਉਹਨਾਂ ਕਿਹਾ ਜੀ ਉਹ ਕ੍ਰਾਸ ਦਿਆ ਗਿਆ, ਇਹ ਵੀ ਪੱਟੀ ਵਾਲਾ ਕਬੂਤਰ ਹੈ। ਉਹ ਜੀ ਇੰਝ ਅਤੇ ਉਂਝ ਤੋਂ ਉਂਝ। ਮੈਂ ਕਿਹਾ ਉਸਤਾਦ ਜੀ ਤੁਸੀਂ ਗੁੱਸਾ ਕਰਨ ਡਿਓ, ਮੇਰਾ ਮਕਸਦ ਤੁਹਾਨੂੰ ਕੋਈ ਨੀਚਾ ਦਿਖਾਉਣਾ ਨਹੀਂ ਸੀ ਜਦੋਂ ਯਾਨੀ ਕਿ ਉਹਨਾਂ ਖੋਲ੍ਹਿਆ। ਮੈਂ ਕਿਹਾ ਮੇਰਾ ਮਕਸਦ ਸਿਰਫ ਇੰਨਾ ਸੀ ਕਿ ਦੋਸਤਾਂ ਨੇ ਪੁੱਛਿਆ ਸੀ ਕੀ ਹੈ, ਅਤੇ ਮੈਂ ਦੱਸ ਰਿਹਾ ਕਿ ਕੀ ਹੈ ਜੀ। ਯਾਰ ਤੁਸੀਂ ਗੁੱਸਾ ਕਰ ਗਏ ਹੋ, ਮੈਂ ਇੰਨਾ ਕੁ ਬੰਦਾ ਲੈਫਟ ਕਰਕੇ ਨੱਸ ਗਿਆ। ਉਹਨੇ ਲੈਫਟ ਕੀਤਾ, ਲੈਫਟ ਕਰਕੇ ਮੇਰੇ ਯਾਰ ਦੀ ਬਰਾੜ 'ਤੇ ਜਾ ਕੇ ਬਹਿ ਕੇ ਮੇਰੇ ਖਿਲਾਫ਼ ਬੋਲਣ ਲੱਗ ਪਿਆ। ਉਹਦੇ ਨਾਲ ਹੋਰ ਇੱਕ ਬੰਦਾ ਬੋਲਣ ਪਿਆ ਜਿਹਦਾ ਲਹੌਰੀਆ ਬੰਦਾ ਸੀ ਉਹ। ਮਜ਼ੇ ਦੀ ਗੱਲ, ਮੇਰਾ ਯਾਰ ਜਿਹੜਾ ਸੀ ਸਭ ਤੋਂ ਪੁਰਾਣਾ ਤਕਰੀਬਨ 2015 ਦਾ, ਉਹ ਵੀ ਉਹਨਾਂ ਦੇ ਨਾਲ ਮਿਲ ਗਿਆ ਤਾਂ ਕਿ ਵਿਊਜ਼ ਮਿਲ ਸਕਣ, ਉਹਦੀ ਥੋੜ੍ਹੀ ਸਾਰੀ ਜਿਹੜੀ ਨਾ ਸ਼ੇਅਰਿੰਗ ਹੋ ਜਾਏ ਦੋਸਤਾਂ ਦੇ ਉੱਤੇ, ਥੋੜ੍ਹਾ ਸਾਰਾ ਯਾਨੀ ਕਿ ਹੋਰ ਬੰਦੇ ਆ ਜਾਣ। ਮੈਂ ਖੈਰ ਉਹ ਦੂਜੇ ਮੋਬਾਈਲ ਨਾਲ ਰਿਕਾਰਡਿੰਗ ਕਰ ਲਈ। ਥੋੜ੍ਹੀ ਦੇਰ ਬਾਅਦ ਮੈਂ ਉਹ ਰਿਕਾਰਡਿੰਗ ਜਿਹੜੀ ਆਪਣੇ ਦੋਸਤ ਨੂੰ ਘੱਲੀ, ਅਤੇ ਉਹਨੂੰ ਮੈਂ ਕਿਹਾ ਕਿ ਮੈਨੂੰ ਦੇਖਿਆ, ਮੈਂ ਯਾਰ ਬੜਾ ਮੈਨੂੰ ਮਜ਼ਾ ਆਇਆ ਕਿ ਮੇਰਾ ਦੋਸਤ ਮੇਰੇ ਮੁਖਾਲਫਾਂ ਕੋਲੋਂ ਮੇਰੇ ਬਾਰੇ 'ਚ ਅੱਛੇ ਅਲਫਾਜ਼ ਸੁਣ ਰਿਹਾ। ਉਹ ਉਹਨਾਂ ਨੂੰ ਪੈ ਕੇ ਆ ਮੇਰੇ ਸਾਥ ਮਜ਼ਾ ਆਏਗਾ ਅੱਜ ਆਪਕੋ, ਨਹੀਂ ਤੁਹਾਨੂੰ ਸਾਡੇ ਖਿਲਾਫ਼ ਗੱਲਾਂ ਕੀਤੀਆਂ ਨੇ। ਉਹਨੇ ਕਿਹਾ ਅੱਜ ਮਜ਼ਾ ਆਏਗਾ ਮੇਰੇ ਸਾਥ, ਵਟਸਐਪ 'ਤੇ ਆਉਣਾ ਰਾਤ ਕੋ, ਆਪ ਵਟਸਐਪ 'ਤੇ ਆਏਗੇ ਮਜ਼ਾ ਆਏਗਾ। ਮਜ਼ਾ ਕੀ ਆਉਣਾ ਸੀ, ਭੁੱਖੇ ਨੇ ਭੁੱਖੇ ਦੀ ਸ਼ਰਟ ਪਾ ਲਈ, ਦੋਵਾਂ ਨੂੰ ਵਸ਼ ਪੈ ਗਿਆ। ਨਾਲੇ ਜੇ ਜਿਹਦੇ ਕੋਲ ਨਹੀਂ ਹੈ ਉਹਨੂੰ ਨਹੀਂ ਪਤਾ ਚੱਲਣਾ। ਮੈਂ ਤਕਰੀਬਨ 2000 ਨਹੀਂ 97 ਜਾਂ 98 ਤੁਸੀਂ ਸ਼ੌਕ ਕਰ ਰਹੇ ਹਾਂ, ਅਤੇ ਹਰ ਤਰੀਕੇ ਦਾ ਕਬੂਤਰ ਰੱਖਿਆ, ਹਰ ਤਰੀਕੇ ਦਾ ਕਬੂਤਰ ਦਾ ਸ਼ੌਕ ਕੀਤਾ, ਹਰ ਤਰੀਕੇ ਦੇ ਕਬੂਤਰ 'ਤੇ ਜਿਹੜਾ ਨਾ ਤਜਰਬਾ ਕੀਤਾ। ਜੇ ਸਾਨੂੰ ਹੁਣ ਨਹੀਂ ਪਤਾ ਲੱਗਣਾ ਬੁੱਢੇ ਵੇਲੇ ਵੀ ਆ ਕੇ, ਅਤੇ ਫਿਰ ਸਾਨੂੰ ਕਬੂਤਰਬਾਜ਼ੀ ਦਾ ਕੀ ਫਾਇਦਾ? ਅਤੇ ਦੋਸਤੋ ਗੱਲ ਦਾ ਮਕਸਦ ਇਹ ਕਿ ਤੁਹਾਡੇ ਹੇਟਰ ਲਾਜ਼ਮ ਹੁੰਦੇ ਨੇ, ਤੁਹਾਨੂੰ ਨਹੀਂ ਪਤਾ ਹੁੰਦਾ, ਤੁਹਾਡੇ ਕੱਛ 'ਚ ਹੀ ਬੈਠੇ ਹੁੰਦੇ ਨੇ, ਤੁਹਾਡੇ ਨਾਲ ਬਹਿ ਕੇ ਚਾਹ ਵੀ ਪੀਂਦੇ ਨੇ, ਬੋਤਲਾਂ ਵੀ ਪੀਂਦੇ ਨੇ, ਰੋਟੀ ਵੀ ਤੁਹਾਡੇ ਭੱਲੇ ਖਾਂਦੇ ਨੇ, ਮਗਰ ਹੁੰਦੇ ਤੁਹਾਡੇ ਮੁਖਾਲਫ ਨੇ। ਕੋਸ਼ਿਸ਼ ਕਰਿਆ ਕਰੋ ਕਿ ਕਿਸੇ ਜੋਗੀ ਨਾਲ ਰਾਬਤਾ ਕਰਕੇ ਬੀਨ ਵਜਾਉਣੀ ਸਿੱਖੋ, ਅਤੇ ਆ ਜਿਹੜੇ ਆਸਤੀਨ ਦੇ ਸੱਪ ਹੁੰਦੇ ਨੇ ਨਾ,
ਇਹਨਾਂ ਨੂੰ ਬੀਨ ਵਜਾ ਕੇ ਕੱਢ ਲਿਆ ਕਰੋ ਕਰਕੇ ਤਾਂ ਕਿ ਟਾਈਮ ਨਾਲ ਤੁਹਾਨੂੰ ਇਹ ਡੰਗ ਨਾ ਸਕਣ। ਦੁਆਵਾਂ ਜੀ ਯਾਦ ਰੱਖਿਓ, ਅੱਲਾ ਹਾਫਿਜ਼ ਅਤੇ ਰੱਬ ਰੱਖਾ ਜੀ। ਅਸਲਾਮ ਵਾਲੇਕੁਮ।